जी ਉਹ ਵੀ ਟੁਰੀ ਜਾਂਦੀ ਮੇਰੇ ਨਾਲ ਅਗਟੜੋ ਬੇਟਾ ਛਾਂ ਤੇ ਰੋਗ ਗਈ ਕਿਉਂਕਿ ਨਾ ਗਰਮੀ ਬਹੁਤ ਜ਼ਿਆਦਾ ਔਰ ਮੈਂ ਜਿਹੜੀ ਨਾ ਮੈਂ ਵੀ ਟੁਰੀ ਹੁੰਦੀ ਹਾਂ ਔਰ ਇਤਨਾ ਪਸੀਨਾ ਔਰ ਧੁੱਪ ਦੀ ਵਜ੍ਹਾ ਤੋਂ ਨਾ ਕਾਫੀ ਨਾ ਥਕਾਵਟ ਵੀ ਔਰ ਜਿਹੜਾ ਨਾ ਪਸੀਨਾ ਜਿਹੜਾ ਕਾਫੀ ਲੱਗਾ ਹੈ ਔਰ ਗਰਮੀ ਇਤਨੀ ਜ਼ਿਆਦਾ ਹੈ ਕਿ ਬੰਦਾ ਟੁਰਿਆ ਨਹੀਂ ਜਾਂਦਾ ਜਿਹੜਾ ਮਜਬੂਰੀ ਹੈ ਜੀ ਤਕਰੀਬਨ 5 ਤੋਂ 7 ਕਿਲੋਮੀਟਰ ਜਿਹੜਾ ਨਾ ਉਹ ਸਾਨੂੰ ਸਫ਼ਰ ਕਰਕੇ ਆਖਿਰਕਾਰ ਜਿਹੜਾ ਅਸੀਂ ਦੁਕਾਨ 'ਤੇ ਹੁਣ ਪਹੁੰਚੇ ਪਾਰਟੀ ਤਾਂ ਪਹੁੰਚ ਗਏ ਆ ਔਰ ਬੱਚੇ ਅੰਦਰ ਨੇ ਇਸ ਟਾਈਮ ਨੰਬਰ ਸਾਡਾ ਜਿਹੜਾ ਨਾ ਦੂਸਰਾ ਵਾ ਅਤੇ ਉਸ ਤੋਂ ਪਹਿਲੇ ਨਾ ਪਿਆਸ ਬੜੀ ਲੱਗੀ ਹੋਈ ਪਾਣੀ ਜਿਹੜਾ ਨਾ ਉਹ ਅਗਰ ਆਪਰੇਸ਼ਨ ਕਰਵਾਉਂਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਬਾਜ਼ੂ ਜਿਹੜਾ ਨਾ ਉਹ ਟੇਢਾ ਛੇੜਾ ਨਹੀਂ ਹੋਏਗਾ ਅਤੇ ਮੈਂ ਹੁਣ ਸੋਚਦਾ ਪਿਆ ਵੀ ਚਲੋ ਇੱਕ ਵਾਰੀ ਸਰਜਨ ਨਾਲ ਮਿਲ ਕੇ ਸਿਵਲ ਹਸਪਤਾਲ ਲਿਜਾ ਕੇ ਇਹ ਵੀ ਚੈੱਕ ਕਰਵਾ ਲੈਂਦੇ ਹਾਂ ਔਰ ਮਜ਼ੀਦ ਉਹਨਾਂ ਦੀ ਵੀ ਗੱਲਬਾਤ ਜਿਹੜੀ ਹੈ ਨਾ ਉਹ ਵੀ ਸੁਣ ਲੈਂਦੇ ਹਾਂ ਅਗਰ ਉਹ ਕਹਿਣਗੇ ਕਿ ਆਪਰੇਸ਼ਨ ਹੁਣ ਕਰਵਾ ਲਓ ਔਰ ਇਹਦਾ ਬਾਜ਼ੂ ਬਾਅਦ ਵਿੱਚ ਜਿਹੜਾ ਨਹੀਂ ਹੁੰਦਾ ਤਾਂ ਫਿਰ ਕਰਵਾਵਾਂਗੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਪਰਵਰਦਗਾਰ ਦੀਆਂ ਰਹਿਮਤਾਂ ਬਰਕਤਾਂ ਔਰ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਜੀ ਤੁਸੀਂ ਵੇਖਦੇ ਪਏ ਸੋ ਵਾਵਾ ਦਿਨਾਂ ਬਾਅਦ ਨਾ ਅੱਜ ਐਨਕ ਤੁਹਾਨੂੰ ਨਜ਼ਰ ਆਈ ਹੈ ਔਰ ਐਨਕ ਮੇਰੀ ਰਹਿ ਗਈ ਸੀ ਇੱਥੇ ਅੱਜ ਜਿਹੜੀ ਹੈ ਨਾ ਇੱਥੋਂ ਆ ਕੇ ਵਾਪਸ ਲਈਏ ਤੇ ਹੁਣ ਇੱਥੋਂ ਜਾਂਦੇ ਪਏ ਆ ਜੀ ਤਿਆਰੀ ਕਰਦੇ ਪਏ ਆ ਵਾਪਸੀ ਦੀ ਔਰ ਜਾਣਾ ਹੈ ਸੈਯਦ ਅਲੇ ਸ਼ਹਿਰ ਉੱਥੇ ਨਿਆਜ਼ ਦਾ ਬੰਦੋਬਸਤ ਕੀਤਾ ਹੋਇਆ ਤੇ ਉੱਥੋਂ ਨਿਆਜ਼ ਖਾ ਕੇ ਤੇ ਫਿਰ ਵਾਪਸ ਜਾਣਾ ਘਰ ਔਰ ਐਜ਼ਾ ਵਾਲਾ ਜਿਹੜਾ ਮਾਮਲਾ ਹੈ ਜੀ ਉਹ ਮੈਂ ਅੱਗੇ ਜਾ ਕੇ ਦੱਸਣਾ ਕਿ ਐਜ਼ਾ ਦਾ ਆਪਰੇਸ਼ਨ ਦਾ ਜਿਹੜਾ ਨਾ ਜੀ ਮੈਂ ਸੋਚਿਆ ਸੀ ਔਰ ਲੈ ਕੇ ਜਾਣਾ ਸੀ ਉਹਨੂੰ ਫੈਸਲਾਬਾਦ ਲੇਕਿਨ ਉਹ ਪ੍ਰੋਗਰਾਮ ਕੈਨਸਲ ਹੋ ਗਿਆ ਕੀ ਪ੍ਰੋਬਲਮ ਬਣੀ ਹੈ ਉਹ ਇਨਸ਼ਾਅੱਲਾ ਅੱਗੇ ਚੱਲ ਕੇ ਦੱਸਣਾ ਹਾਂਜੀ ਕੀ ਲੇਟ ਹੈ ਹੁਣ ਬਸ ਸ਼ਾਮ ਤੱਕ ਬੈਗ ਹੋ ਗਏ ਨੇ ਹਾਂ ਸਾਡੇ ਨਿਗਰਾਨ ਦੀ ਦੇਰ ਚੱਲੀਏ ਚੱਲੀਏ ਹਾਂ ਚਲੋ ਤਾਂ ਯਾਰ ਅਲਹਮਦੁਲਿਲਾ ਜੀ ਸੈਯਦ ਵਾਲੇ ਪਹੁੰਚ ਗਿਆ ਔਰ ਮੋਟਰਸਾਈਕਲ ਜਿਹੜਾ ਨਾ ਉਹ ਕੱਲ ਤਰਾ ਫਿਰ ਪੈਂਚਰ ਹੋ ਗਿਆ ਜੀ ਔਰ ਇੱਥੋਂ ਮੈਨੂੰ ਸੈਯਦ ਵਾਲੇ ਵਿੱਚੋਂ ਮੈਨੂੰ ਟਾਇਰ ਹੀ ਕੋਈ ਲੱਭਦਾ ਪਿਆ ਜਿਹੜਾ ਮੈਂ ਪਵਾਣਾ ਵਾ ਸਰਵਿਸ ਵਾਲੇ ਦਾ ਟਾਇਰ ਮੈਂ ਪੂਰਾ ਸੈਯਦ ਵਾਲਾ ਫਿਰ ਲਿਆ ਕਿਸੇ ਕੋਲ ਵੀ ਮਤਲਬ ਇਹਨਾਂ 18 ਨੰਬਰ ਟਾਇਰ ਪੈਣਾ ਕਿਸੇ ਬੰਦੇ ਕੋਲ ਵੀ 18 ਨੰਬਰ ਟਾਇਰ ਜਿਹੜਾ ਨਾ ਇੱਥੇ ਸਰਵਿਸ ਵਾਲਾ ਕੋਈ ਨਹੀਂ ਪਿਆ ਤੇ ਹੁਣ ਜਾਣਾ ਚੜ੍ਹਾਂ ਵਾਲੇ ਐਜ਼ਾ ਦਾ ਬਾਜ਼ੂ ਜਿਹੜਾ ਹੈ ਨਾ ਉਹਦਾ ਐਕਸਰੇ ਕਰਵਾਉਣ ਜਾਣਾ ਡਿਜੀਟਲ ਐਕਸਰੇ ਉਹਦਾ ਹੋਣਾ ਤੇ ਉਹਦੇ ਵਾਸਤੇ ਜੜ੍ਹਾਂ ਵਾਲੇ ਜਾਣਾ ਪੈਣਾ ਔਰ ਜੜ੍ਹਾਂ ਵਾਲੇ ਮੈਂ ਕਿ ਵੀ ਜਾਣਾ ਤਾਂ ਹੈ ਹੀ ਚਲੋ ਹੁਣ ਇੱਥੋਂ ਕੋਈ ਵੀ ਟਾਇਰ ਜਿਹੜਾ ਨਾ ਨਹੀਂ ਪਵਾਉਣੇ ਆ ਜੜ੍ਹਾਂ ਵਾਲੇ ਜਾ ਕੇ ਤੇ ਉੱਥੋਂ ਹੀ ਟਾਇਰ ਪਵਾਵਾਂਗੇ ਹੁਣ ਫਿਲਹਾਲ ਇੱਕ ਵਾਰ ਜਿਹੜਾ ਨਾ ਉਹਨੂੰ ਪੈਂਚਰ ਲਵਾ ਲੈਣੇ ਆ ਇੱਕ ਹੀ ਜਗ੍ਹਾ ਤੋਂ ਨਾ ਜੀ ਬਾਰ ਬਾਰ ਪੈਂਚਰ ਹੁੰਦਾ ਪਿਆ ਚੈੱਕ ਕਰੋ ਨਾ ਔਰ ਇਸ ਜਗ੍ਹਾ ਤੋਂ ਇੱਕ ਤੇ ਅੰਦਰੋਂ ਟੂਬ ਵੀ ਥੋੜੀ ਜਿਹੀ ਖਰਾਬ ਹੈ ਔਰ ਦੂਸਰੇ ਨੰਬਰ ਤੇ ਇੱਥੋਂ ਹੀ ਜਿਹੜਾ ਨਾ ਟਾਇਰ ਵੀ ਖਰਾਬ ਹੈ ਜਿੰਦੀ ਵਜ੍ਹਾ ਤੋਂ ਇਹ ਬਾਰ ਬਾਰ ਇਸੇ ਜਗ੍ਹਾ ਤੋਂ ਪੈਂਚਰ ਜਿਹੜਾ ਨਾ ਇਹ ਕਰਦਾ ਪਿਆ ਹੁਣ ਵੀ ਮੈਨੂੰ ਲੱਗਦਾ ਹੈ ਇਸ ਜਗ੍ਹਾ ਤੋਂ ਹੀ ਹੈ ਪੈਂਚਰ ਬਾਈ ਉਰੇ ਹਵਾ ਭਰਦੇ ਨੇ ਨਾ ਤੇ ਚੈੱਕ ਹੋ ਜਾਂਦਾ ਵੀ ਕਿਹੜੀ ਜਗ੍ਹਾ ਤੋਂ ਹੈ ਉਸੇ ਜਗ੍ਹਾ ਤੋਂ ਹੀ ਪੈਂਚਰ ਹੈ ਜੀ ਜਿੱਥੇ ਅੱਗੇ ਪੈਂਚਰ ਲੱਗੇ ਹੋਏ ਨੇ ਟਾਇਰ ਥੋੜਾ ਜਿਹਾ ਫੇਰ ਦੇਸੇ ਨਾ ਤੇ ਫਿਰ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਸੀ ਸ਼ਾਇਦ ਇੱਕ ਜਗ੍ਹਾ ਤੋਂ ਨਾ ਹੋਸੀ ਫਾਈਨਲੀ ਅਲਹਮਦੁਲਿਲਾ ਪੈਂਚਰ ਲੱਗ ਗਿਆ ਜੀ ਸਾਬਰ ਜਿਹੜੇ ਨੇ ਜੀ ਮੋਟਰਸਾਈਕਲ ਦੁਬਾਰਾ ਛੁੱਟੀ ਜਾਂਦੇ ਨੇ ਮੋਟਰਸਾਈਕਲ ਜਿਹੜਾ ਜੀ ਕਾਫੀ ਤੰਗ ਕਰਦਾ ਪਿਆ ਕੱਲ ਦਾ ਬੜੀ ਪਰੇਸ਼ਾਨੀ ਬਣੀ ਹੋਈ ਹੈ ਪਤਾ ਹੈ ਕਿ ਰਸਤੇ ਦੇ ਵਿੱਚ ਨਾ ਸ਼ਾਲਾ ਮੋਟਰਸਾਈਕਲ ਜਾਂ ਕੋਈ ਵੀ ਸਵਾਰੀ ਹੋਵੇ ਨਾ ਤੰਗ ਨਾ ਕਰੇ ਬੰਦਾ ਕਾਫੀ ਪਰੇਸ਼ਾਨ ਹੋ ਜਾਂਦਾ ਇਸ ਵਾਸਤੇ ਨਾ ਕੱਲ ਦੀ ਬੜੀ ਪਰੇਸ਼ਾਨੀ ਬਣੀ ਹੋਈ ਹੈ ਜਿਵੇਂ ਘਰੋਂ ਨਿਕਲਿਆ ਨਾ ਥੋੜ੍ਹਾ ਜਿਹਾ ਸਫ਼ਰ ਕੀਤਾ ਮੋਟਰਸਾਈਕਲ ਜਿਹੜਾ ਦੁਬਾਰਾ ਫਿਰ ਤੇ ਰਾਤ ਨੂੰ ਫਿਰ ਹੁਣ ਵੀ 2 ਵਾਰੀ ਹੋ ਗਈ ਹੈ ਕਿਉਂਕਿ ਐਸਾ ਨਹੀਂ ਲੈ ਜਾਂਦੇ ਪਿਆ ਖੈਰ ਜਿਹੜਾ ਹਾਲੇ ਉੱਥੋਂ ਕਰਨਾ ਜਿੰਦਾ ਬਾਜ਼ੂ ਦਾ ਐਕਸਰੇ ਔਰ ਉਹ ਦੇਣਾ ਡਾਕਟਰ ਸਾਹਿਬ ਨੂੰ ਔਰ ਉਹਨਾਂ ਦੇ ਮਸ਼ਵਰੇ ਨਾਲ ਫੇਰ ਅਗਰ ਜਿਵੇਂ ਉਹਨਾਂ ਆਖਿਆ ਉਵੇਂ ਕਰਨਾ ਤੁਹਾਨੂੰ ਪਤਾ ਬੱਚੀ ਹੈ ਹਰ ਦੂਸਰੇ ਦਿਨ ਇਹਨੂੰ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਮੇਰੇ ਕਹਿੰਦਾ ਪਰੇਸ਼ਾਨ ਬੜੇ ਹੋ ਗਏ ਅਤੇ ਕੱਲ੍ਹ ਦੇ ਨਾ ਕਾਫੀ ਨਾ ਮੁਸ਼ਕਿਲ ਸਫ਼ਰ ਹੋ ਗਿਆ ਸਾਡੇ ਵਾਸਤੇ ਜੀ ਅਤੇ ਦੁਆ ਕਰੋ ਅੱਲਾ ਪਾਕ ਆਸਾਨ ਕਰੇ ਔਰ ਅੱਲਾ ਪਾਕ ਕਾਮਯਾਬੀ ਦੇਵੇ ਮੋਟਰਸਾਈਕਲ ਅੱਲਾ ਕਿ ਨਿਊ ਹੈ ਲੇਕਿਨ ਟਾਇਰ ਅਤੇ ਔਰ ਪੈਂਚਰਾਂ ਔਰ ਟੂਬ ਨੇ ਇਤਨਾ ਪਰੇਸ਼ਾਨ ਕੀਤਾ ਹੋਇਆ ਨਾ ਕਿ ਕੋਈ ਹਾਲਾਤ ਨਹੀਂ ਰਹਿ ਗਿਆ ਬਾਹਰ ਦੇ ਸਫ਼ਰ ਕਰਨ ਦਾ ਐਜ਼ਾ ਜਿਹੜੀ ਨਾ ਜੀ ਉਹ ਵੀ ਟੁਰੀ ਜਾਂਦੀ ਮੇਰੇ ਨਾਲ ਅਗਟੜੋ ਬੇਟਾ ਛਾਂ ਤੇ ਰੋਗ ਗਈ ਕਿਉਂਕਿ ਨਾ ਗਰਮੀ ਬਹੁਤ ਜ਼ਿਆਦਾ ਔਰ ਮੈਂ ਜਿਹੜੀ ਨਾ ਮੈਂ ਵੀ ਟੁਰੀ ਹੁੰਦੀ ਹਾਂ ਔਰ ਇਤਨਾ ਪਸੀਨਾ ਔਰ
धुप की वजह तो ना काफ़ी ना थकावट भी और जरा पसीना जरा काफ़ी लगा है और गर्मी इतनी ज़्यादा है कि बंदा टुरन जाना जो मजबूरी है जी। तकरीबन 5 to 7 किलोमीटर जरा ना वो सू सफर करके आखिरकार अस दुकान पर हम पहुंचे हैं। हम वेखिए इतने भी जरा ना लगता है पंचर नहीं, क्योंकि पिछले दिन आख्या कि मेरे को भट्ठी का पंचर नहीं है, बड़ा पंचर ज़्यादा हो गया, लेकिन टू जी कामयाब नहीं रहनी। हम वेखिए इतने भी कामयाब रही है या नहीं। फाइनली पक्का पेंचर लग गया जी और हूँ जरा ना शायद शहर तक सू लैके चला जाए मोटरसाइकिल। काफ़ी देर हो गई है, करो करो काम अपना। काफ़ी देर हो गई है, बिजली बंद सी, बिजली आई आ फिर असी जरा ना पेंचर लवाया, तकरीबन घंटा हो गया इतने रुकिया हूँ। ठीक है भाई जी, ओके चलो बंद कर दो। दुआ खुदा करके ना जी शहर पहुँच गए अलहमदुल्ला और हूँ भी सब तो पहला ऐजाला काम करने हैं और उस तो बाद फिर ये टायर टूब उ शहरू ही पाना, उधर ही ऐजा वाला काम भी होना तो उधर ये टूब वाला काम भी होना। इधर अस हो गए जी जड़ा वाले अंदर, तो हूँ दुआ करो कि हूँ ये जरा ना टायर पवाण तो पहले इन को मसला ना बने, वरना इन खिंचना पैगा सारे शहर के। चलो जो भी होंगे अच्छे वास्ते होंगे जी, नसीहत वास्ते होंगे, दोबारा जरा ना बंदा फिर इस तरह का काम नहीं करता, बंदा टाइम ना ही अपना जरा ना हिसाब किताब ला लेंदा अपने काम का। मैं बस थोड़ा जहा लूज रहा, चलो करवा लेना वा, चेंज करवा लेना वा, अज करवाना कल करवाना, बस इस तरह करद्या करद्या लेट हो गया और इन्हें कल का इन्ना जलील किया है ना कि यकीन करो नकते हो गए हैं। अलहमदुलिल्लाह जी लिबार्टी तो पहुँच गए हैं और बच्चे अंदर ने, इस टाइम नंबर साडा जरा ना दूसरा वा, तो उससे पहले ना प्यास बड़ी लगी हुई है पानी के रहना वो पीने, इमली आलू बुखारे का शरबत जरा ना जी वो बनवाते पे पीने वास्ते। और ऐसा कह रही है कि मैं वो नहीं पीना, मैं पीना वा मैंगो का, और भाई उन्होंने को मैंगो का ऑप्शन भी जरा ना जी वो मौजूद है, मैंगो पीना। कोड करवा के ना जी आ गए टायर वाले को, टायर जरा ना चेंज करवाते पे और टायर नवा पवा रहे हैं जी। एला टायर जरा जी नवा लिया 2/75/18 का 4 ply, ए 4 ply है यार, नहीं यार 48/6 ply कितने लिखा था, है लिखा मैं क्या 4 ply का सर्विस वाले का टायर जरा जी लिया। कल मैं मिलना सी डायमंड का, डायमंड मैं नहीं पवाया, मैं क्या सर्विस का टायर जरा ना वही पवावगा और सर्विस का टायर इतों हम पवाते पे जी और इनशाला यह वाली इनकी जी है ना झंझट खत्म हो जाएगी। बाकी लैदर का मैंने शक है कि लैदर खराब हो गए, लेकिन लैदर भी जड़े ना जी बिल्कुल ठीक ने फिलहाल, तो काफ़ी हद तक ठीक है। अलहमदुलिल्लाह जी टायर साडा चेंज हो गया और ऐसा मैंने कह रही है कि बाबा पेंचर लवाने से ज़्यादा टाइम लगता है और टायर चेंज करवाने से थोड़ा टाइम लगता है, तो टायर ही चेंज करवा लेना जी पहले ही, एवें इन्हें पेंचर लवाते रहे जी। चले बेटा टायर मिले नहीं जी अपने ना, हाँ अब टाइम मिला है तो डाल दिया है, ठीक है ना, वहाँ से मिल नहीं रहा था ना तो इसलिए मजबूरी नहीं पेंचर लगवा। क्या जी अलहमदुल्ला जी घर पहुंच गए और अंदर सार जो ना लंगर वो खाते पे और ये वास्ते ही अज इतने जरा स्पेशल आए हुए थे, ये शुक्र है कि जरा ना अभी टाइम से पहुंच गए वरना अभी रह जाना सी, वो सारी जी तकसीम हुई खड़ी उधर। अलहमदुल्ला जी लंगर खा लिया है और हूँ जा रहे हैं मोटरसाइकिल की ट्यूनिंग करा, क्योंकि पहले टायर तो चेंज करवा लिया, लेकिन ट्यूनिंग नहीं करवाई है लेट होंगी पी, तो हूँ जाते पे ट्यूनिंग करवाने वास्ते, ट्यूनिंग करवाने आयल चेंज करवाने, मोटरसाइकिल जरा एक बार बिल्कुल फिट हो जाएगा और उसके बाद फिर इन्हें सफर जरा ना वो बेफिक्री नाल करांगे, उन्नी देर टेंशन जी है ना वो खत्म नहीं होंगी। अलहमदुल्ला आ गया जी भाई मैकेनिक को, नाम की अपना मोहम्मद इमरान, मोहम्मद इमरान है जी सैयद अला पुल से जरा ना इन्हों की शॉप है और इन्हों को मैं मोटरसाइकिल का वैसे भी पहली दफा मतलब होंडा वाले तो इलावा जरा ना पहली दफा बार काम करवा पाया और भाई उरी कह रहे हैं कि तुम बेफिक्र हो जाओ होंडा वाले तो भी अच्छा काम होगा। लंगर सर हम खा के अंदर आए सर, बिल्कुल हो गया जनाब, लो जी और काम करवाते पे जी, गरारी शर्ट इन्हें पवाना वा, लेकिन गरारी शर्ट जरा ना वो किसी अच्छी जगह तू जेन्युइन किस्म का लैके ना तो पवावे, ये तू शायद जरा ना उस तरह का गरारी शर्ट ना मिले, बाकी इन्हें सारा काम ओके हो गया, गरारी शर्ट जरा ना वो एक सिर्फ इन्हें पैना वा क्योंकि वो भी थोड़ा जहा लूज होया खिला, तो भी इंशाला जो हम जावे ना तो पवावे। साइकिल का काम हो रहा है जी और अभी सोचा कि थोड़ी जी ना प्यास लगी हुई थी, पानी शानी तो पीता वा, लेकिन तुम्हें पता है कि जी प्यास ड्रिंक वाली होंगी है ना
ਉਹ ਫਿਰ ਬੋਤਲ ਨਾਲ ਹੀ ਜਿਹੜੀ ਹੈ ਨਾ ਉਹ ਮਿਲਦੀ ਹੈ ਤੇ ਹਾਂ ਬਣ ਜਾ ਮੇਰਾ ਇਹ ਵੀ ਆਇਆ ਸੀ ਨਾਲ ਤੇ ਮੈਂ ਕਿ ਚਲੋ ਆਨੇ ਬਾਹਰ ਜਿਹੜਾ ਨਾ ਬੋਤਲ ਪੀ ਲੈ ਰੈਗੂਲਰ ਲੈਣੀ ਹੈ ਰੈਗੂਲਰ ਹੀ ਲੈਣੀ ਹੈ ਠੀਕ ਹੈ ਹੋਰ ਬਾਈ ਜੀ ਕੀ ਹਾਲ ਨੇ ਠੀਕ ਹੈ ਜੀ ਇਧਰ ਟਿਊਨਿੰਗ ਜਿਹੜੀ ਹੈ ਨਾ ਜੋ ਜਾਰੀ ਹੈ ਪੈਟਰੋਲ ਜਿਹੜਾ ਨਾ ਬਈ ਰਿਕਟ ਦੇ ਪੈਨੂੰ ਮੋਟਰਸਾਈਕਲ ਦੇ ਵਿੱਚ ਪਤਾ ਨਹੀਂ ਹੈ ਵੀ ਕਿ ਕੋਈ ਨਾ ਵਿੱਚ ਨਿਕਲਿਆ ਕੋਈ ਜਾਰੀ जो सारा मुकम्मल हो जाएगा ना उस टाइम चेक करें। हां जी होगी टेस्ट ड्राइव ओके कलाचे च है 19-21 दे कट दियो अगली ब्रेक च पिछली च ओके सब कुछ चलो सही हो गया ब्रेक चलो ठीक अल्हम्दुलिल्लाह जी मोटरसाइकिल जड़ा ना फिट हो गया चैन भी भाई कह रहे हैं कि हाले तकरीबन तो 2-3 महीने जड़े ना वो आराम ना लंघ जा सन फिलहाल वो भी फिक्र हट गई हूं तकरीबन जड़ा ना 2-3 महीने तो टेंशन कोई नहीं है भावे जिदे लोंग रोड तेन पा देंगे ना टेंशन नहीं होती इंशाल्लाह। हाँ जी अल्हम्दुलिल्लाह अज जाना तो वापस घर हाँ लेकिन घर जड़ा ना नहीं जा सकते क्योंकि लेट बहुत हो गई है मोटरसाइकिल हूँ जड़ा ना ट्यूनिंग करवा के तुम्हें घर लैके आए हैं बुशरा की वड्डी आप ही रहती है जी उसके घर इस टाइम स्टे आ और इतों सुबह इंशाल्लाह फर्स्ट टाइम जड़ा ना निकलेंगे और घर पहुँचा हूँ इतें ही हाँ और डॉक्टर ने उसे मिल के आए थे लेकिन माजरत है कि वीडियो नहीं बना सके क्योंकि उन्होंने सामने जड़ा ना लिखा हुआ सी क्लीनिक के बाहर कि नॉट कैमरा इज़ नॉट अलाउ मतलब कैमरा जड़ा ना जी वो अलाउ नहीं है तो मैं फिर आख्या भी चलो असी नहीं चलाते डॉक्टर नू मिले जी और डॉक्टर साहब कहते हैं कि ऑपरेशन जड़ा ना अगर तुम चाहते हो हूँ तो हूँ भी हो जाएगा ऑपरेशन अगर तुम चाहते हो कि 15-16 साल की उम्र जाके ऑपरेशन कराओ तो वह भी थोड़े को ऑप्शन मौजूद है अगर इनू पेन होंगी है या दर्द होंगी है तो ब्रूफन सिरप जड़ा ना वो उस टाइम पिलाता करो यदि दर्द खत्म हो जाया करेगी लेकिन अगर तुम करवाना चाहते हो सकता है मैंने उन्होंने बेस्ट ऑप्शन ये दिता है जी तुम सिविल हस्पताल मतलब सरकारी हस्पताल जाओ और उतो अच्छे सर्जन होंगे ने उत्थे प्रोफेसर होंगे ने उन्होंने को जाके जरा ऑपरेशन करा बजाय प्राइवेट बार जाओगे ना उन्होंने थानू ऑपरेशन तो इलावा होर दूसरा ऑप्शन ही कोई नहीं देना लेकिन अगर तुम सरकारी जाओगे तो थोड़ा बेस्ट ऑप्शन जरा ना वो देंगे अगर ऑपरेशन जरूरी होएगा तो ऑपरेशन करेंगे और अगर ऑपरेशन जरूरी नहीं होएगा तो वह कहेंगे कि तुम ऑपरेशन जड़ा ना वो बाद करा जाए मतलब 15-16-17 साल की उम्र तो बाद क्योंकि 17 साल की उम्र तो बाद हड्डी जी है ना वो बदना बंद हो जाती है उस टाइम अगर ऑपरेशन करवाने तो फिर उस तो बाद बाजू जड़ा ना वो टेढ़ा शेढ़ा नहीं होएगा तो मैं हूँ सोचता पाया भी चलो एक बार सर्जन नाल मिल के सिविल अस्पताल ले जा के ये भी चेक करवा लें और मजीद उन्होंने भी गलबात जी है ना वो भी सुन लें अगर वो कहेंगे कि ऑपरेशन हूँ करवा लो और बाजू बाद टेढ़ा नहीं होता तो फिर करवावे अगर उन्होंने कहा कि बाद बाजू टेढ़ा हो जाना है तो फिर बाद करावे अज वीडियो भी इतनी खत्म करने हैं मिलने जी सुबह एक अच्छी जी प्यारी जी यूनिक जी वीडियो के सफदर सैन तुम्हें पूरी फैमिली दो इजाजत अपना बहुत सारा ख्याल रखना है दुआवें याद रखना है पंडा बन बन प्यार अल्लाह हाफिज़।